ਸਭ ਤੋਂ ਪਹਿਲੇ ਤੇ ਮੈਂ ਇੰਤਹਾਈ ਮਸ਼ਕੂਰ ਹਾਂ ਕਿ ਇਹਨਾਂ ਨੇ ਅੱਜ ਆਪਣੇ ਘਰ ਵਾਪਸ ਆਉਣ ਦਾ ਐਲਾਨ ਕੀਤਾ ਅਤੇ ਚੂੰਕਿ ਇਸ ਫੈਮਿਲੀ ਨਾਲ ਸਾਡਾ ਕੋਈ 3 ਪੁਸ਼ਤਾਂ ਤੋਂ ਤਲਕ ਚੱਲਿਆ ਆ ਰਿਹਾ ਔਰ ਇਹਨਾਂ ਦੇ ਦਾਦੇ ਕੋਲ ਅਸੀਂ ਪੁੱਲੀ ਦੀਆਂ ਟਿੱਕੀਆਂ ਵੀ ਖਾਧੀਆਂ ਔਰ ਬੜੇ ਹੀ ਜ਼ਬਰਦਸਤ ਇਹਨਾਂ ਦਾ ਮਾਸ਼ਾਅੱਲਾ ਸਾਡੇ ਫੈਮਿਲੀ ਨਾਲ ਬਹੁਤ ਹੀ ਜ਼ਿਆਦਾ ਕਲੋਜ਼ ਜਿਹੜੇ ਫੈਮਿਲੀ ਹੁੰਦਾ ਨਾ ਜਿਵੇਂ ਉਸ ਤਰ੍ਹਾਂ ਦਾ ਤਲਕ ਹੈ ਅਤੇ ਇਨਸ਼ਾਅੱਲਾ ਕਦੀ ਵੀ ਹਾਸਲਪੁਰ ਦੇ ਵਿੱਚ ਤੁਹਾਡੇ ਸਾਹਮਣੇ ਅਸੀਂ ਵੱਡੇ ਹੋਏ ਹਾਂ ਸਾਰੇ ਤੁਹਾਡੇ ਸਾਹਮਣੇ ਸਾਡਾ ਸਾਰਾ ਕਿਰਦਾਰ ਔਰ ਸਾਰੀਆਂ ਚੀਜ਼ਾਂ ਹੈਗੀਆਂ ਅਤੇ ਅਸੀਂ ਕਦੀ ਵੀ ਮਹਿਸੂਸ ਨਹੀਂ ਕੀਤਾ ਕਿ ਅਸੀਂ MPA ਅਸੀਂ ਤਾਂ ਹਮੇਸ਼ਾ ਇੱਕ ਜਿਵੇਂ ਖਾਨਦਾਨ 'ਚ ਰਹਿੰਦੇ ਅਸੀਂ ਉਵੇਂ ਰਹਿੰਦੇ ਅਤੇ ਬਾਕੀ ਰਹਿ ਗਈ ਗੱਲ ਕਿ ਜੀ ਉਹ ਗਰੰਟੀਆਂ ਤੁਹਾਡੇ ਸਾਹਮਣੇ ਸਾਡੇ ਦੋਸਤ ਜਿਹੜੇ ਸਾਡੇ ਨਾਲ ਲੱਗੇ ਨੇ ਉਹ ਹਮੇਸ਼ਾ ਸਾਡੇ ਨਾਲ ਹੀ ਰਹੇ ਨੇ ਇਨਸ਼ਾਅੱਲਾ ਕਿਉਂਕਿ ਅਸੀਂ ਕਦੀ ਵੀ ਕਿਸੇ ਨੂੰ ਮਾਯੂਸ ਨਹੀਂ ਕੀਤਾ ਔਰ ਹਮੇਸ਼ਾ ਸਾਰੇ ਦੋਸਤਾਂ ਨੂੰ ਨਾਲ ਲੈ ਕੇ ਚੱਲੇ ਹਾਂ ਔਰ ਜਿਹੜੇ ਵੀ ਇੱਥੇ ਤਰੱਕੀਆਤੀ ਕੰਮ ਹੋਏ ਨੇ ਜੋ ਵੀ ਡਿਵੈਲਪਮੈਂਟ ਹੋਈ ਹੈ ਉਹ ਹਮੇਸ਼ਾ ਬੜੀ ਅੱਛੀ ਕਿਉਂਕਿ ਮੈਨੂੰ ਪਤਾ ਕਿ ਮੈਂ ਆਪਣਾ ਅਗਰ ਹੋਸਪਿਟਲ ਮੈਂ ਬਿਹਤਰ ਕਰਾਵਾਂਗਾ ਉਹ 'ਚ ਮੈਨੂੰ ਫਾਇਦਾ ਕਿਉਂਕਿ ਮੇਰੇ ਬੱਚੇ ਵੀ ਉੱਥੇ ਹੀ ਉਸੇ ਡਾਕਟਰਾਂ ਕੋਲ ਜਾਣੇ ਨੇ ਅਗਰ ਅੱਛੇ ਡਾਕਟਰ ਹੋਣਗੇ ਤਾਂ ਮੈਂ ਵੀ ਇਲਾਜ ਇੱਥੋਂ ਹੀ ਕਰਾਉਣਾ ਅਗਰ 1122 ਦੀ ਸਹੂਲਤ ਦਾ ਕਿਉਂਕਿ ਅਸੀਂ ਇੱਥੇ ਰਹਿੰਦੇ ਸ਼ਹਿਰ ਦੇ ਵਿੱਚ ਉਹ ਸਾਨੂੰ ਵੀ ਸਹੂਲਤ ਮਿਲਣੀ ਚਾਹੀਦੀ ਅਗਰ ਯੂਨੀਵਰਸਿਟੀ ਬਣਾਉਂਦੇ ਹਾਂ ਜਾਂ ਕਾਲਜ ਬਿਹਤਰ ਕਰਦੇ ਹਾਂ ਉਹਦੀ ਸਹੂਲਤ ਸਾਨੂੰ ਵੀ ਹੈਗੀ ਹੈ ਤੁਸੀਂ ਅੱਜ ਦੇਖਿਆ ਹੋਣਾ ਕਿ ਬਹੁਤ ਦੂਸਰੇ ਸ਼ਹਿਰਾਂ 'ਚੋਂ ਲੋਕ ਜਿਹੜੇ ਨੇ ਇੱਥੇ ਸਾਡੀ ਕਲੋਨੀਆਂ 'ਚ ਆ ਕੇ ਪਲਾਟ ਲੈ ਰਹੇ ਨੇ ਔਰ ਉਹਦੀ ਵਜ੍ਹਾ ਕੀ ਹੈ ਕਿ ਸਾਡੇ ਇਲਾਕੇ 'ਚ ਅਮਨ ਹੈਗਾ ਸਾਡਾ ਇਲਾਕਾ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਕਦੀ ਲੜਾਈ ਝਗੜੇ ਵੱਲ ਔਰ ਗਲਤ ਕਾਰੀਆਂ ਵੱਲ ਨਹੀਂ ਜਾਣ ਦਿੱਤਾ ਉਹ ਹਮੇਸ਼ਾ ਜਿਹੜਾ ਕੋਈ ਬਦਮਾਸ਼ੀ ਕਰਦਾ ਅਸੀਂ ਉਹਦੀ ਮੁਜ਼ੰਮਤ ਕੀਤੀ ਹੈ ਅਤੇ ਇਨਸ਼ਾਅੱਲਾ ਕਿਉਂਕਿ ਜਿਸ ਇਲਾਕੇ 'ਚ ਕਾਰੋਬਾਰ ਹੋਵੇ ਜਿਸ 'ਚ ਲੋਕ ਅਮਨ ਹੋਵੇ ਲੋਕ ਜ਼ਿਆਦਾ ਉੱਥੇ ਆਉਣ ਦੀ ਕੋਸ਼ਿਸ਼ ਕਰਦੇ ਸਾਡੇ ਜਿੰਨਾ ਵੀ ਦੌਰੇ ਇਕਤਦਾਰ ਰਿਹਾ ਹਮੇਸ਼ਾ ਇੱਕ ਬਿਹਤਰੀ ਦੀ ਤਰਫ ਗਏ ਔਰ ਤੁਹਾਡਾ ਹੋਸਪਿਟਲ ਅਪਗ੍ਰੇਡ ਕਰਾਇਆ ਹਾਸਲਪੁਰ ਤੋਂ ਬਾਵਲਪੁਰ ਰੋਡ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ 1122 ਔਰ ਦਾਨਿਸ਼ ਸਕੂਲ ਜਿਹੜਾ ਕਿ ਗਰੀਬ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਸੀ ਔਰ ਇਹ ਬਹੁਤ ਹੀ ਅੱਛੀ ਜਿਹੜੀ ਹੈ ਅਸਲੀਮੀ ਅਦਾਰਾ ਹੈਗਾ ਜਿਹੜਾ ਕਿ ਸਾਡੇ ਗਰੀਬ ਬੱਚੇ ਉੱਥੋਂ ਪੜ੍ਹ ਕੇ ਇਸ ਟਾਈਮ ਫੌਜ 'ਚ ਜਾ ਰਹੇ ਨੇ ਔਰ ਬੜੇ ਸਿਵਲ ਅਫੀਸਰ ਵੀ ਬਿਹਤਰ ਬਣ ਰਹੇ ਹੋ ਔਰ ਅੱਛੀ ਤਲੀਮ ਵਾਸਤੇ ਬਾਹਰ ਵੀ ਜਾ ਰਹੇ ਨੇ ਡਾਕਟਰ ਔਰ ਇੰਜੀਨੀਅਰ ਵੀ ਬਣ ਰਹੇ ਨੇ ਗਰੀਬ ਦਾ ਬੱਚਾ ਸਿਰਫ ਫਰੀ ਪੜ੍ਹ ਕੇ ਉੱਥੇ ਅਤੇ ਮੈਂ ਇਨਸ਼ਾਅੱਲਾ ਤੁਹਾਡੇ ਜਿੰਨੀ ਵੀ ਜਨਾਬ ਨੇ ਅਨਵਰ ਅਜੀਤ ਸਾਹਿਬ ਨੇ ਗੱਲਾਂ ਕੀਤੀਆਂ ਮੈਂ ਇਨਸ਼ਾਅੱਲਾ ਤੁਹਾਡੀ ਧੁੱਪਵਾਦ 'ਤੇ ਇਨਸ਼ਾਅੱਲਾ ਪੂਰਾ ਆਵਾਂਗਾ ਔਰ ਹਮੇਸ਼ਾ ਆਪਾਂ ਇੱਕ ਖਾਨਦਾਨ ਦੀ ਤਰ੍ਹਾਂ ਔਰ ਹਮੇਸ਼ਾ ਮਸ਼ਵਰੇ ਨਾਲ ਸਾਰੇ ਦੋਸਤ ਚੱਲਾਂਗੇ ਔਰ ਇਸ ਸ਼ਹਿਰ ਦੀ ਤਰੱਕੀ ਵਾਸਤੇ ਇਸ ਇਲਾਕੇ ਦੀ ਤਰੱਕੀ ਵਾਸਤੇ ਇਨਸ਼ਾਅੱਲਾ ਕੰਮ ਕਰਦੇ ਰਹਾਂਗੇ ਔਰ ਜਿਸ ਤਰ੍ਹਾਂ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਇਸ ਮੁਲਕ ਦੀ ਤਰੱਕੀ ਵਾਸਤੇ ਕੰਮ ਕੀਤਾ ਤੁਸੀਂ ਦੇਖਿਆ ਹੋਣਾ 2013 'ਚ ਇੱਕ ਬਦਤਰੀਨ ਲੋਡ ਸ਼ੈਡਿੰਗ ਸੀ 22 ਘੰਟੇ ਲੋਡ ਸ਼ੈਡਿੰਗ ਰਹਿੰਦੀ ਸੀ ਔਰ ਮੁਲਕ 'ਚ ਦਹਿਸ਼ਤਗਰਦੀ ਸੀ ਔਰ ਇਹਨੂੰ ਸਾਰਿਆਂ ਨੂੰ ਆਪਣੇ ਉਹਨਾਂ ਨੇ ਬੜੀ ਹੀ ਕਮ ਮੁੱਦਤ ਦੇ ਵਿੱਚ ਜਿਹੜਾ ਉਹਨੇ ਲੋਡ ਸ਼ੈਡਿੰਗ ਵੀ ਖਤਮ ਕੀਤੀ ਔਰ ਇਸ ਮੁਲਕ 'ਚ ਦਹਿਸ਼ਤਗਰਦੀ ਵੀ ਖਤਮ ਕੀਤੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਗੌਰਮੈਂਟ ਖਤਮ ਕੀਤੀ ਗਈ ਉਸ ਤੋਂ ਬਾਅਦ ਉਹ ਮੁਲਕ ਦੁਬਾਰਾ ਬਹਰਾਨ ਦੀ ਤਰਫ ਚਲਾ ਗਿਆ ਔਰ ਇਸ ਟਾਈਮ ਸਾਡਾ ਮੁਲਕ ਆਕਸੀਜਨ 'ਤੇ ਲੱਗਾ ਹੋਇਆ ਅਗਰ ਸਾਨੂੰ ਚਾਈਨਾ
ਕਰਜ਼ਾ ਅੱਜ ਵਾਪਸ ਲੈ ਲਵੇ ਔਰ ਅਸੀਂ ਬਿਲਕੁਲ ਡਿਫਾਲਟ ਦੀ ਤਰਫ ਚੱਲ ਜਾਵਾਂਗੇ। ਜਦੋਂ ਕੋਈ ਮੁਲਕ ਡਿਫਾਲਟ ਹੋ ਜਾਂਦਾ ਉਸ ਟਾਈਮ ਉਸ ਮੁਲਕ ਦੀਆਂ ਪਾਬੰਦੀਆਂ ਲੱਗ ਜਾਂਦੀਆਂ। ਬਾਹਰਲੇ ਜਿੰਨੇ ਵੀ ਲੋਕ ਨੇ ਨੈਟੋ ਫੋਰਸਿਸ ਉਹ ਸਾਡੇ ਕੋਲ ਆਣ ਕੇ ਬਹਿ ਜਾਣਗੇ ਔਰ ਸਾਡੇ 'ਤੇ ਜਿੰਨੇ ਵੀ ਸਾਡਾ ਰੈਵਨਿਊ ਇਕੱਠਾ ਹੁੰਦਾ, ਸਾਡਾ ਬਿਆਨਾ ਇਕੱਠਾ ਹੁੰਦਾ, ਸਾਡਾ ਟੈਕਸ ਇਕੱਠਾ ਹੁੰਦਾ, ਉਹ ਲੈ ਕੇ ਆਪਣਾ ਕਰਜ਼ਾ ਪੂਰਾ ਕਰ ਲਵੇ ਔਰ ਅਸੀਂ ਉਹਨਾਂ ਦੀ 15 ਸਾਲ ਨੌਕਰੀ ਕਰਾਂਗੇ ਔਰ ਫਿਰ ਸਾਡਾ ਐਟਮ ਬੰਬ ਜਿਹੜਾ ਇਹ ਵੀ ਵਾਪਸ ਉਹਨਾਂ ਨੇ ਕਰ ਦੇਣਾ ਤਾਂ ਕਿ ਇਹ ਭੁੱਖੇ ਹੋ ਗਏ ਨੇ, ਇਹ ਕਿਤੇ ਐਟਮ ਬੰਬ ਨਾ ਚਲਾ ਦੇਣ ਔਰ ਸਾਡੇ ਕੋਲ ਐਟਮ ਬੰਬ ਵੀ ਵਾਪਸ ਲੈ ਲੈਣਾ। ਐਟਮ ਬੰਬ ਦੀ ਵਜ੍ਹਾ ਨਾਲ ਅਸੀਂ ਮਹਿਫੂਜ਼ ਹਾਂ, ਸਾਡਾ ਦਿਫਾਅ ਮਜ਼ਬੂਤ ਹੈ। ਅਗਰ ਐਟਮ ਬੰਬ ਨਾ ਹੋਵੇ